ਇੱਕ ਨਵੀਂ ਕਾਰ ਦਾ ਭਿਆਨਕ ਸੜਕੀ ਹਾਦਸਾ ਹੋਇਆ। ਦੱਸਦੇ ਕਿ ਡਿਵਾਈਡਰ ਦੇ ਨਾਲ ਇਹ ਨਵੀਂ ਕਾਰ ਟਕਰਾ ਗਈ, ਜਿਸ ਦੇ ਨਾਲ ਸ਼ੀਸ਼ੇ ਪੰਨੇ ਗਏ ਔਰ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਖੜਕਾ ਇੰਨਾ ਤੇਜ਼ ਹੋਇਆ ਕਿ ਆਲੇ ਦੁਆਲੇ ਖੜੇ ਲੋਕ ਮੌਕੇ ਤੇ ਪਹੁੰਚ ਗਏ, ਜਿਨ੍ਹਾਂ ਨੇ ਬੜੀ ਮਸ਼ਕਤ ਬਾਅਦ ਡਰਾਈਵਰ ਨੂੰ ਬਾਹਰ ਕੱਢਿਆ। ਹਾਲਾਂਕਿ ਉਸਦੇ ਮਾਮੂਲੀ ਸੱਟਾਂ ਲੱਗੀਆਂ ਨੇ, ਗਣੀਮਤ ਰਹੀ ਕਿ ਜਾਨ ਦਾ ਬਚਾ ਰਿਹਾ। ਤਸਵੀਰਾਂ ਦੇਖ ਕੇ ਅੰਦਾਜ਼ਾ ਲੱਗ ਗਿਆ ਹੋਣਾ ਕਿ ਕਿੰਨਾ ਭਿਆਨਕ ਸੜਕੀ ਹਾਦਸਾ ਹੋਇਆ। ਦੱਸ ਦਈਏ ਕਿ ਸਾਹਮਣੇ ਤੋਂ ਇੱਕ ਵਾਹਨ ਆ ਰਿਹਾ ਸੀ, ਉਸਦੀ ਤੇਜ਼ ਲਾਈਟ ਇਸ ਕਾਰ ਸਵਾਰ ਦੀਆਂ ਅੱਖਾਂ 'ਚ ਪਈ, ਜਿਸ ਕਾਰਨ ਕਾਰ ਡਿਵਾਈਡਰ ਦੇ ਨਾਲ ਜਾ ਟਕਰਾਈ। ਇਹ ਤਸਵੀਰਾਂ ਨੰਗਲ ਸ਼੍ਰੀ ਅਨੰਦਪੁਰ ਸਾਹਿਬ ਮੁੱਖ ਮਾਰਗ ਦੀਆਂ ਨੇ। ਇੱਥੇ ਪਿੰਡ ਜਾਂਦਲਾ ਦੇ ਰੇਲਵੇ ਅੰਡਰਪਾਸ ਦੇ ਨੇੜੇ ਇਹ ਹਾਦਸਾ ਹੋਇਆ। ਗਣੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ। ਆਵਾਜ਼ ਇੰਨੀ ਤੇਜ਼ ਸੀ ਕਿ ਇੱਕਦਮ ਸਾਰੇ ਇਕੱਠੇ ਹੋ ਗਏ। ਮੌਕੇ ਤੇ ਲੋਕਾਂ ਨੇ ਗੱਡੀ ਦੇ ਵਿੱਚੋਂ ਸ਼ਖਸ ਨੂੰ ਬਾਹਰ ਕੱਢਿਆ, ਜਿਸ ਤੇ ਮਾਮੂਲੀ ਸੱਟਾਂ ਲੱਗੀਆਂ ਨੇ। ਲੋਕਾਂ ਦਾ ਕਹਿਣਾ ਹੈ ਕਿ ਇੱਥੇ ਪਲਾਸਟਿਕ ਦਾ ਡਿਵਾਈਡਰ ਆ ਜਿਹੜਾ ਬਣਾਇਆ ਜਾਵੇ, ਕਿਉਂਕਿ ਅਕਸਰ ਇੱਥੇ ਸੜਕੀ ਹਾਦਸੇ ਹੁੰਦੇ ਰਹਿੰਦੇ ਨੇ। ਇੱਥੇ ਰਾਤ ਤਕਰੀਬਨ 1:30 ਵਜੇ ਨਾ ਧੜਾਕਾ ਜਿਹਾ ਹੋਇਆ, ਆਪਣੀ ਅੱਖ ਖੁੱਲੀ ਹੋਈ ਸੀ ਕੋਠੇ ਪਰੇ ਦੇ ਆਪਾਂ, ਅਤੇ ਅਸੀਂ ਜਦੋਂ ਦੇਖਿਆ ਆਵਾਜ਼ ਸੁਣੀ ਵੀ ਧੜਾਕਾ ਹੋਇਆ ਇੱਥੇ, ਤਾਂ ਪਤਾ ਚੱਲਿਆ ਕਿ ਸਵੇਰੇ ਜਦੋਂ ਆਪਾਂ ਇੱਧਰ ਆਏ ਤਾਂ ਕਿ ਐਕਸੀਡੈਂਟ ਹੋਇਆ ਥਾ। ਇੱਕ ਇੱਥੇ ਡਿਵਾਈਡਰ ਹੈ ਜੀ ਬਣਿਆ ਵਾ ਸਾਡਾ ਅੰਡਰ ਬ੍ਰਿਜ, ਰੇਲਵੇ ਦਾ ਜਿਹੜਾ ਰੇਲਵੇ ਦੀ ਪ੍ਰੋਜੈਕਟ ਚੱਲ ਰਿਹਾ ਭਨੁਕਲੀ ਬਿਲਾਸਪੁਰ, ਉੱਥੇ ਡਿਵਾਈਡਰ ਬਣਿਆ ਹੋਇਆ ਜੀ, ਅਤੇ ਡਿਵਾਈਡਰਾਂ ਦੇ ਕਰਕੇ ਕਾਫੀ ਦਿੱਕਤ ਆਉਂਦੀ ਹੈ ਸਾਨੂੰ ਵੀ, ਪਿੰਡਾਂ ਨੂੰ ਮੋੜ ਕੱਟਣ ਵੇਲੇ ਬਹੁਤ ਦਿੱਕਤ ਆਉਂਦੀ, ਨਾ ਇੱਥੇ ਕੋਈ ਲਾਈਟਿੰਗ ਰੈਸਟੋਰੈਂਟ, ਨਾ ਕੋਈ ਲਾਈਟਿੰਗ ਫੈਸਿਲਿਟੀ ਹੈ, ਅਤੇ ਨਾ ਹੀ ਇੱਥੇ ਕੋਈ ਗਾਰਡ ਵਗੈਰਾ ਲੱਗਿਆ ਹੁੰਦਾ। ਅੰਡਰ ਕੰਸਟਰਕਸ਼ਨ ਕੰਮ ਚੱਲ ਰਿਹਾ ਹੈ, ਲੇਕਿਨ ਇਹ ਬ੍ਰਿਜ ਦਾ ਕੰਮ ਕੰਪਲੀਟ ਹੈ। ਇੱਥੇ ਇਹਨਾਂ ਨੂੰ ਚਾਹੀਦਾ ਰੇਲਵੇ ਡਿਪਾਰਟਮੈਂਟ ਨੂੰ ਜਾਂ ਫਿਰ ਜਿਹੜੇ ਹੋਰ ਪ੍ਰਾਈਵੇਟ ਜਿਹੜੀ ਫਰਮਸ ਕੰਮ ਕਰਦੀਆਂ ਹੈ, ਕਿ ਇੱਥੇ ਥੋੜ੍ਹੀ ਜਿਹੀ ਡਿਵਾਈਡੇਸ਼ਨ ਪ੍ਰੋਪਰ ਦਿੱਤੀ ਜਾਵੇ ਤਾਂ ਕਿ ਇਹ ਜਿਹੜੇ ਹਾਦਸੇ ਆ ਉਹ ਬਚ ਸਕੇ। ਅਸੀਂ ਪਿੰਡਾਂ ਨੂੰ ਜਦੋਂ ਮੁੜੀਦਾ ਸਾਨੂੰ ਵੀ ਬਹੁਤ ਦਿੱਕਤ ਆਉਂਦੀ, ਬ੍ਰੇਕਾਂ ਲਗਾਉਣੀਆਂ ਪੈਂਦੀਆਂ, ਕਈ ਵਾਰ ਆਪਾਂ ਖਾਲਿਆਂ ਖੁੜੀਆਂ 'ਚੋਂ ਵੀ ਰੁਕਣ ਦੇ ਬਾਵਜੂਦ ਵੀ ਇਹ ਹੁੰਦਾ, ਬਟ ਜੋ ਰਾਤ ਇੰਸੀਡੈਂਟ ਹੋਇਆ ਇਹਦੇ ਵਿੱਚ ਬੰਦਾ ਜੋ ਹੈ ਉਹ ਸੇਫ ਹੈ। ਬਾਕੀ ਇਹ ਪ੍ਰਸ਼ਾਸਨ ਨੂੰ ਚਾਹੀਦਾ ਕਿ ਇੱਥੇ ਥੋੜ੍ਹੇ ਜਿਹੇ ਪ੍ਰਬੰਧ ਚੰਗੇ ਕੀਤੇ ਜਾਵੇ। ਇਹ ਰਾਤ 1:30 ਵਜੇ ਬੜੇ ਜ਼ੋਰਦਾਰ ਧਮਾਕਾ ਹੋਇਆ, ਜਾਂ ਦੇਖਿਆ ਕਿ ਤਾਂ ਇੱਕ ਕਾਰ ਨੰਗਲ ਵੱਲ 'ਤੇ ਆਉਂਦੀ ਸੀ, ਉਹਦੇ ਛਾਹ ਦੇਖ ਕੇ ਆਦਮੀ ਤਾਂ ਇਹ ਡਿਵਾਈਡਰ ਨਾਲ ਜਿਹੜਾ ਭਨੁਪਲੀ ਬਿਲਾਸਪੁਰ ਰੇਲਵੇ ਦਾ ਓਵਰ ਬ੍ਰਿਜ ਬਣਿਆ ਵਾ ਪਿੰਡ ਜਾਂਦਲਾ ਕੋਲ, ਉਹਦੇ ਨਾਲ ਟਕਰਾਈ ਅਤੇ ਉਹਨੂੰ ਬੰਦੇ ਨੂੰ ਬਾਹਰ ਨਿਕਾਲ ਕੇ ਹਸਪਤਾਲ ਭੇਜ ਦਿੱਤਾ ਗਿਆ। ਅਤੇ ਜਿਹੜਾ ਡਿਵਾਈਡਰ ਹੈ ਰੇਲਵੇ ਵਾਲਾ, ਇਹ ਬਹੁਤ ਛੋਟਾ, ਇਹ ਸਿੰਗਲ ਸੜਕ ਹੋਣ ਕਾਰਨ ਇੱਥੇ ਪਹਿਲਾਂ ਵੀ ਕਾਫੀ ਐਕਸੀਡੈਂਟ ਹੁੰਦੇ। ਇਹ ਜਿਹੜਾ ਰੇਲਵੇ ਨੂੰ ਹੈ, ਇਹ ਡਿਵਾਈਡਰ ਹੈ ਜਿਹੜੇ ਕਾਫੀ ਅੱਗੇ ਤੱਕ ਹੈ, ਜਿਹੜੇ ਉਹ ਬਣਾਉਣੇ ਚਾਹੀਦੇ ਪਲਾਸਟਿਕ ਦੇ ਡਿਵਾਈਡਰ ਬਣਾਉਣ, ਤਾਂ ਕਿ ਜਿਹੜੇ ਐਕਸੀਡੈਂਟ ਹੈ ਇਹ ਰੋਕ ਸਕਣ।